ਅੱਜ ਅਸੀਂ ਇੱਥੇ ਦੌਰਾ ਕਰਨ ਆਏ ਆ ਪਤਾ ਲੱਗਿਆ ਅਸੀਂ ਬਹੁਤ ਵੱਡਾ ਪਾੜ ਪਿਆ ਸੀ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਬੰਧਾਂ ਦੇ ਨਾਲ ਅਸੀਂ ਉਸ ਪਾੜ ਨੂੰ ਨਜਿੱਠ ਰਹੇ ਹਾਂ ਆਰਮੀ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ ਇਹ ਫੰਡ ਵੇਖੋ ਬਹੁਤ ਜ਼ਰੂਰੀ ਵੱਡੀ ਰਕਮ ਚਾਹੀਦੀ ਹੈ ਸਟੇਟ ਇਹਦੇ ਵਿੱਚ ਕੁਝ ਨਹੀਂ ਕਰ ਸਕਦੀ ਅਸੀਂ ਐਕੀ ਸਪੈਸ਼ਲ ਤੌਰ ਤੇ ਇਹਦੇ ਪ੍ਰਬੰਧਾਂ ਲਈ ਸੈਂਟਰ ਗਵਰਨਮੈਂਟ ਤੋਂ ਫੰਡ ਮੁਹੱਈਆ ਕਰਾਵਾਂਗੇ ਜੋ ਤਾਂ ਜੋ ਅਗਲੀ ਵਾਰ ਕਿਸੇ ਇਸ ਸਮੱਸਿਆ ਦਾ ਸਾਹਮਣਾ ਨਾ ਕਰ ਮੈਂ ਅੱਜ ਅਸੀਂ ਬੰਗਾ ਬਸ਼ਹਿਰਾ ਚਾਂਦੂ ਬਹੁਤ ਸਾਰੇ ਪਿੰਡਾਂ ਜਾ ਕੇ ਆਮਕਰੋੜ ਸਾਹਿਬ ਖਨੌਰੀ ਤੋਂ ਲੈ ਕੇ ਮਕਰੋੜ ਸਾਹਿਬ ਤੱਕ ਲਗਭਗ 22 ਕਿਲੋਮੀਟਰ ਜਿਹੜਾ ਦਰਿਆ ਗਿਆ ਕਰ ਦਰਿਆ ਚੌੜਾ ਕੀਤਾ ਹੋਇਆ ਉੱਥੇ ਬਿਲਕੁਲ ਕੋਈ ਪ੍ਰੋਬਲਮ ਨਹੀਂ ਆ ਰਹੀ ਠੀਕ ਚੱਲ ਰਿਹਾ ਉਸ ਤੋਂ ਅੱਗੇ ਜਿਹੜਾ ਮਕਰੋੜ ਸਾਹਿਬ ਤੋਂ ਅੱਗੇ ਜਿਹੜਾ ਹੈਗਾ ਪੰਜਾਬ ਦਾ ਹਿੱਸਾ ਲਗਭਗ 17 ਕਿਲੋਮੀਟਰ ਪੰਜਾਬ ਸਰਕਾਰ ਨੇ ਕੋਈ ਧਿਆਨ ਦਿੱਤਾ ਹੈਗਾ ਥਾਂ ਥਾਂ ਤੇ ਜਿਹੜਾ ਪਾੜ ਪੈਂਡ ਦਾ ਖਤਸ਼ਾ ਹੈਗਾ ਮੈਂ ਸਮਝਦਾ ਜਿੱਕਰ ਹੋਰ ਮੀਂਹ ਹਰਿਆਣਾ ਜਾਂ ਹਿਮਾਚਲ ਚ ਪੈਂਦਾ ਹੈਗਾ ਜੇ ਪੰਜਾਬ ਚ ਵੀ ਨਹੀਂ ਪੈਂਦਾ ਤਾਂ ਵੀ ਪਾਣੀ ਦੇ ਜੀ ਮਾਰ ਆਏ ਇਸ ਇਲਾਕੇ ਚ ਹੋਊਗੀ ਪੰਜਾਬ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਲਗਭਗ 30 35 ਸਾਲ ਤੋਂ ਸਿਆਸਤ ਹੋ ਰਹੀ ਹੈਗਾ ਘੱਗਰ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਹੈਗਾ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਮੇਰੀ ਪੰਜਾਬ ਸਰਕਾਰ ਤੋਂ ਮੰਗਿਆ ਘੱਟੋ ਘੱਟ ਹਰੇਕ ਕਿਸਾਨ ਨੂੰ 100% ਮੁਆਵਜ਼ਾ ਮਿਲੇ ਉਹਦੀ ਹੋਈ ਤਬਾਹ ਹੋਈ ਫਸਲ ਦਾ ਔਰ ਅੱਗੇ ਤੋਂ ਜਿਹੜਾ ਘੱਗਰ ਦਾ ਪ੍ਰਬੰਧ ਕੀਤਾ ਜਾਵੇ ਲਗਭਗ ਜਿਸ ਤਰ੍ਹਾਂ ਪਿੱ ਖਨਾਰੀ ਤੋਂ ਲੈ ਕੇ ਮਕਰੋੜ ਸਾਹ ਤੱਕ ਚੌੜਾ ਹੋਇਆ ਉਸੇ ਤਰ੍ਹਾਂ ਚੌੜਾ ਹੋਵੇ ਔਰ ਦਰਿਆ ਦੇ ਆਲੇ ਦੁਆਲੇ ਜਿਹੜਾ ਹੈਗਾ ਬੰਨ ਬਣੇ ਤਾਂ ਕਿ ਜਿਹੜਾ ਅੱਗੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ